ਦੋਸਤੋ ਅੱਜ ਦੀ ਇਹ ਵੀਡੀਓ ਆਪਣੀ ਸਪੈਸ਼ਲ ਡੈਡੀਕੇਟਡ ਹੈ ਕਣਕ ਦੇ ਪਹਿਲੇ ਪਾਣੀ ਨੂੰ ਲੈ ਕੇ ਕਿਉਂਕਿ ਬੜੇ ਜ਼ਿਆਦੇ ਜ਼ਮੀਂਦਾਰਾਂ ਦਾ ਅਕਸਰ ਇਹ ਸਵਾਲ ਹੁੰਦਾ ਹੈ ਕਿ ਕਣਕ ਨੂੰ ਆਪਾਂ ਨੂੰ ਪਹਿਲਾ ਪਾਣੀ ਜਿਹੜਾ ਕਿੰਨੇ ਦਿਨਾਂ ਤੇ ਦੇ ਦੇਣਾ ਚਾਹੀਦਾ ਹੈ ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੀਆਂ-ਕਿਹੜੀਆਂ ਉਹ ਗਲਤੀਆਂ ਨੇ ਜਿਹੜੀਆਂ ਜ਼ਮੀਂਦਾਰ ਕਰਦੇ ਨੇ ਕਣਕ ਨੂੰ ਪਹਿਲਾ ਪਾਣੀ ਲਾਉਣ ਲੱਗਿਆਂ ਜਿਨ੍ਹਾਂ ਦੇ ਕਾਰਨ ਇੱਕ ਕਿੱਲੇ ਦੇ ਵਿੱਚੋਂ 7 ਤੋਂ ਲੈ ਕੇ 10 ਗਵੰਡਲ ਦਾ ਕਾਪਾਂ ਝਾੜ ਜਿਹੜਾ ਗਵਾ ਲੈਨੇ ਆ ਸੋ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਿਓ ਜੇ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਕਰਕੇ ਨਾਲ ਜਿਹੜੀ ਬੈਲ ਹੈ ਉਹਨੂੰ ਦਬਾ ਸਕਦੇ ਜਿੱਦਾਂ ਜੋ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਬਿਲਕੁਲ ਸੀਰੀਜ਼ ਦੇ ਵਿੱਚ ਹਰ ਇੱਕ ਟੌਪਿਕ ਦੇ ਉੱਤੇ ਕਣਕ ਦੇ ਬਾਰੇ ਵੀਡੀਓ ਜਿਹੜੀਆਂ ਤੁਹਾਨੂੰ ਅਗਲੇ ਦਿਨਾਂ ਦੇ ਵਿੱਚ ਮਿਲਣਗੀਆਂ ਉਹ ਤੁਸੀਂ ਮਿਸ ਨਾ ਕਰੋ ਉਹ ਤੁਹਾਡੇ ਫੋਨ ਤੱਕ ਪਹੁੰਚ ਜਾਣਾ ਜ਼ਿੰਮੇਵਾਰ ਇਹਦੇ ਵਿੱਚ ਬਹੁਤ ਸਾਰੇ ਕੋਈ ਆਪਾਂ ਪੈਮਾਨਿਆਂ ਦੀ ਵਰਤੋਂ ਨਹੀਂ ਕਰਦੇ ਵੈਸੇ ਮੈਂ ਜੱਟ ਕਈ ਨਾ ਹੁੰਨਾ ਪਰ ਜੱਟ ਸ਼ਬਦ ਮੈਨੂੰ ਬਹੁਤ ਸਾਰੇ ਲੋਕ ਜਿਹੜੇ ਉਹ ਕਹਿੰਦੇ ਆ ਕਿ ਤੁਸੀਂ ਜੱਟ ਨਾ ਆਖਿਆ ਕਰੋ ਤੁਸੀਂ ਜ਼ਿਮੀਂਦਾਰ ਆਖਿਆ ਕਰੋ ਚਲੋ ਆਪਾਂ ਜ਼ਿਮੀਂਦਾਰ ਦੇ ਵਿੱਚ ਕਹਿੰਦੇ ਆ ਕਿ ਆਪਾਂ ਕੋਈ ਜ਼ਿਆਦੇ ਪੈਮਾਨਿਆਂ ਦੀ ਵਰਤੋਂ ਨਹੀਂ ਕਰਦੇ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਕਈ ਵਾਰੀ ਨੁਕਸਾਨ ਜੜਿਓ ਭਾਰੇ ਵੇਖਣ ਨੂੰ ਮਿਲ ਜਾਂਦੇ ਨੇ ਕਣਕ ਨੂੰ ਪਹਿਲੇ ਪਾਣੀ ਦੀ ਲੋੜ ਕਿਉਂ ਹੁੰਦੀ ਏ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇਹ ਗੱਲ ਜਾਣਦੇ ਆ ਤੇ ਨਾਲ ਦੀ ਨਾਲ ਦਿਨਾਂ ਵਾਲੀ ਜਿਹੜੀ ਗੱਲ ਹੈ ਕਿ ਕਿੰਨੇ ਦਿਨਾਂ ਤੇ ਕਣਕ ਨੂੰ ਪਾਣੀ ਲਾਉਣਾ ਚਾਹੀਦਾ ਏ ਉਹ ਕਿੱਥੋਂ ਸ਼ੁਰੂ ਹੋਈ ਏ ਉਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਣਕ ਨੂੰ ਨਮੀ ਦੀ ਜ਼ਿਆਦਾਤਰ ਜਾਂ ਪਾਣੀ ਦੀ ਕਹ ਲਓ ਲੋੜ ਜ਼ਿਆਦਾ ਉਦੋਂ ਹੁੰਦੀ ਏ ਜਦੋਂ ਇਹਦੀਆਂ ਕਰਾਉਨ ਰੂਟ ਡਵਲਪ ਹੁੰਦੀਆਂ ਨੇ ਕਰਾਉਨ ਰੂਟ ਕੀ ਹੁੰਦੀਆਂ ਨੇ ਹੁਣ ਕਰਾਉਨ ਰੂਟ ਉਹ ਹੁੰਦੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਕਣਕ ਆਪਾਂ ਬੀਜਦੇ ਆਂ ਤਾਂ ਇੱਕ ਚਿੱਟੇ ਰੰਗ ਦੀ ਲੰਮੀ ਜੜ੍ਹ ਥੱਲੇ ਨੂੰ ਜਾਂਦੀ ਏ ਬੀਜ ਦੇ ਵਿੱਚੋਂ ਕੁਝ ਨਿੱਕੀਆਂ ਨਿੱਕੀਆਂ ਜੜ੍ਹਾਂ ਨਿਕਲਦੀਆਂ ਨੇ ਉਹ ਜਿਹੜਾ 22 21 22 ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਉਹ ਜਿਹੜੀਆਂ ਜੜ੍ਹਾਂ ਨੇ ਉਹ ਮਰ ਜਾਂਦੀਆਂ ਨੇ ਤੇ ਉੱਤੇ ਜਾ ਕੇ ਕਣਕ ਆਪਣੀਆਂ ਨਵੀਆਂ ਜੜ੍ਹਾਂ ਕੱਢਦੀ ਏ ਸੋ ਇਹ ਜਿਹੜੀਆਂ ਕਰਾਉਨ ਰੂਟ ਕਣਕ ਕੱਢਦੀ ਏ ਇਹਨਾਂ ਜੜ੍ਹਾਂ ਨੂੰ ਲੋੜ ਹੁੰਦੀ ਏ ਖਰਾਕੀ ਤੱਤਾਂ ਦੀ ਤੇ ਖਰਾਕੀ ਤੱਤ ਤਾਂ ਹੀ ਲੈ ਸਕਦੀਆਂ ਨੇ ਜੇਕਰ ਉਸ ਜ਼ਮੀਨ ਦੇ ਵਿੱਚ ਨਮੀ ਹੈਗੀ ਏ ਜੇਕਰ ਤੁਹਾਡੀ ਜ਼ਮੀਨ ਬਿਲਕੁਲ ਸੁੱਕੀ ਏ ਉਹ ਘੱਟਾ ਬਣੀ ਏ ਜ਼ਮੀਨ ਉਤਲੀ 2-3 ਇੰਚ ਮਿੱਟੀ ਜਿਹੜੀ ਏ ਤਾਂ ਜੜਾ ਨਿਕਲਦੇ ਆਉਣਗੀਆਂ ਕਰਾਉਨ ਰੂਟ ਨਿਕਲਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਪਰ ਉਹ ਜੜੀਆਂ ਜਿਹੜੀਆਂ ਨੇ ਉਹਨਾਂ ਨੂੰ ਖਰਾਕ ਨਹੀਂ ਮਿਲੂਗੀ ਉਹਨਾਂ ਨੂੰ ਤਤ ਨਹੀਂ ਮਿਲਣਗੇ ਜਿਹਦੇ ਕਾਰਨ ਤੁਹਾਡੀ ਕਣਕ ਦਾ ਝਾੜ ਐਂਡ ਦੇ ਜਾ ਕੇ ਘਟ ਜਾਊਗਾ ਸੋ ਇਹ ਗੱਲ ਕਲੀਅਰ ਹੋ ਗਈ ਕਿਉਂਕਿ ਬੜੇ ਜ਼ਿਆਦੇ ਜ਼ਿੰਮੇਵਾਰਾਂ ਦਾ ਇਹ ਵੀ ਸਵਾਲ ਹੁੰਦਾ ਹੈ ਕਿ 21 ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਹੀ ਕਿਉਂ 21 ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਹੀ ਇਹ ਜੜਾਂ ਜੜੀਆਂ ਡਿਵੈਲਪ ਹੋਣੀਆਂ ਹੁੰਦੀਆਂ ਨੇ ਹੁਣ ਜਿਹੜਾ ਡਿਵੈਲਪ ਹੋਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਮੈਂ ਫਿਰ ਤੋਂ ਦੁਬਾਰੇ ਜਿਹੜੀ ਗੱਲ ਦੁਹਰਾ ਰਿਹਾ ਹਾਂ ਪਰ ਜੜਾਂ ਨੂੰ ਤਤ ਨਹੀਂ ਮਿਲਦੇ ਸੁੱਕੇ ਘੱਟੇ ਦੇ ਵਿੱਚੋਂ ਸੁੱਕੀ ਮਿੱਟੀ ਦੇ ਵਿੱਚੋਂ ਜਿੰਨਾ ਚਿਰ ਉਹਨਾਂ ਜੜਾਂ ਦੀ ਪਕੜ ਮਿੱਟੀ ਦੇ ਨਾਲ ਮਜ਼ਬੂਤ ਨਹੀਂ ਹੋਊਗੀ ਕਿਉਂਕਿ ਸਿੱਲੀ ਜਕਰ ਮਿੱਟੀ ਹੈਗੀ ਇਹ ਤਾਂ ਤੁਹਾਡਾ ਕੰਮ ਚੱਲ ਜਾਊਗਾ ਤੁਹਾਨੂੰ ਪਾਣੀ ਆਉਣ ਦੀ ਲੋੜ ਨਹੀਂ ਹੈ ਜੇਕਰ 2-3 ਇੰਚ ਜਿਹੜੀ ਉਤਲੀ ਮਿੱਟੀ ਹੈ ਉਹਦੇ ਵਿੱਚ ਸਿਲ ਪੂਰੀ ਹੈਗੀਏ ਜੇਕਰ ਨਹੀਂ ਹੈਗੀ ਤਾਂ ਫਿਰ ਤੁਹਾਨੂੰ ਪਾਣੀ ਲਾਉਣਾ ਹੀ ਪਊਗਾ ਕਣਕ ਨੂੰ ਜੇਕਰ ਤੁਸੀਂ ਪਾਣੀ ਨਹੀਂ ਲਾਓਗੇ ਤਾਂ ਕਣਕ ਜਿਹੜੀ ਤੁਹਾਡੀ ਭਾਵੇਂ ਵੇਖਣ ਨੂੰ ਜਿਆਦੀ ਕਾਲੀ ਲੱਗੂਗੀ ਪਰ ਉਹਦੇ ਝਾੜ ਅੰਨ ਤੇ ਜਾ ਕੇ ਘੜ ਜਾਊਗਾ ਕਿਉਂਕਿ ਉਹਨੂੰ ਤਤ ਨਹੀਂ ਮਿਲਨੇ ਜੜਾਂ ਜੜੀਆਂ ਉਹਦੀਆਂ ਜ਼ਿਆਦਾ ਮੋਟੀਆਂ ਹੋ ਜਾਣੀਆਂ ਨੇ ਜਦੋਂ ਤੁਸੀਂ ਪਾਣੀ ਲਾਉਣਾ ਹੈ ਜਾ ਕੇ ਲੇਟ ਤਾਂ ਉਹ ਜੜੀਆਂ ਕਰਾਉਨ ਰੂਟ ਨੇ ਜਿਹੜੇ ਘਟਿਆ ਜਿਹੜਾ ਤੁਹਾਡੀ ਜ਼ਮੀਨ ਦੇ ਵਿੱਚ 30 35 40 ਦਿਨ ਪਿਆ ਰਿਹਾ ਹੈ ਜਿਨੇ ਦਿਨ ਵੀ ਤੁਸੀਂ ਪਾਣੀ ਲੇਟ ਕੀਤਾ ਉਸ ਘਟੇ ਦੇ ਵਿੱਚੋਂ ਉਹ ਤਤ ਨਹੀਂ ਲੈ ਸਕੀ ਉਹ ਕਣਕ ਜਿਹੜੇ ਉਹਨੂੰ ਚਾਹੀਦੇ ਸੀ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਕਰਾਉਨ ਰੂਟ ਜੜੀਆਂ ਨੇ ਜਿੰਨੀਆਂ ਬਰੀਕ ਹੋਣਗੀਆਂ ਉਨਾਂ ਜਿਆਦੇ ਤੱਤ ਅਬਜ਼ੌਰਬ ਕਰਨ ਗਿਆ ਤੇ ਜਦੋਂ ਜਿਆਦੀਆਂ ਮੋਟੀਆਂ ਹੋ ਜਾਂਦੀਆਂ ਨੇ ਲੇਟ ਪਾਣੀ ਆਪਾਂ ਲਾਵਾਂਗੇ ਤਾਂ ਉਦੋਂ ਫਿਰ ਉਹ ਜੜਾਂ ਨੇ ਜਿਆਦੇ ਤੱਤਾਂ ਨੂੰ ਨਹੀਂ ਖਿੱਚਦੀਆਂ ਹੁਣ ਫਿਰ ਕੀ ਕੀਤਾ ਜਾਵੇ 21 ਤੋਂ ਲੈ ਕੇ 30 ਦਿਨਾਂ ਦੇ ਵਿੱਚ ਵਿੱਚ ਪਾਣੀ ਲਾ ਦਿੱਤਾ ਜਾਵੇ ਨਹੀਂ ਬਿਲਕੁਲ ਵੀ ਇਹ ਚੀਜ਼ ਕਦੇ ਵੀ ਆਪਾਂ ਭੁੱਲ ਕੇ ਵੀ ਜ਼ਮੀਨ ਆਪਣੀ ਦੇ ਵਿੱਚ ਨਹੀਂ ਕਰਨੀ ਜੇਕਰ ਤੁਹਾਡੀ ਜ਼ਮੀਨ ਦੇ ਵਿੱਚ 2-3 ਇੰਚ ਉਤਲੀ ਮਿੱਟੀ ਜਿਹੜੀ ਗਿੱਲੀ ਹੈਗੀ ਇਹ ਨਮੀ ਉਹਦੇ ਵਿੱਚ ਹੈਗੀ ਏ ਤਾਂ ਤੁਹਾਨੂੰ ਉਹਨਾਂ ਚਿਰ ਪਾਣੀ ਲਾਉਣ ਦੀ ਉਸ ਕਣਕ ਨੂੰ ਲੋੜ ਨਹੀਂਗੀ ਜਿੰਨਾ ਤੁਹਾਡੀ ਉਹ ਮਿੱਟੀ ਜਿਹੜੀ ਹੈ 2-3 ਇੰਚ ਉਹ ਸੋਕ ਨਹੀਂ ਜਾਂਦੀ ਜਿਹੜੀਆਂ ਜ਼ਮੀਨਾਂ ਛੇਤੀ ਪਾਣੀ ਪੀ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਪੀਣ ਦੀ ਕੋਈ ਦਿੱਕਤ ਨਹੀਂ ਆਉਂਦੀ ਉਹਨਾਂ ਜ਼ਮੀਨਾਂ ਦੇ ਵਿੱਚ ਤੁਸੀਂ ਪਾਣੀ ਲਾ ਸਕਦੇ ਜੇ ਪਹਿਲਾਂ ਲਾ ਸਕਦੇ ਜੇ ਬਹੁਤ ਸਾਰੀਆਂ ਜ਼ਮੀਨਾਂ ਨੇ ਜਿੱਥੇ ਪੰਜਾਬ ਦੇ ਵਿੱਚ ਕਣਕ ਬੀਜ ਕੇ ਦੂਸਰੇ ਦਿਨ ਹੀ ਪਾਣੀ ਕਣਕ ਨੂੰ ਲਾ ਦਿੱਤਾ ਜਾਂਦਾ ਹੈ ਬਹੁਤ ਸਾਰੀਆਂ ਜ਼ਮੀਨਾਂ ਨੇ ਜਵੇਂ ਸਾਡੀ ਆਪਣੀ ਜ਼ਮੀਨ ਹੈ ਤਾਂ ਅਸੀਂ ਕਣਕ ਨੂੰ 15ਵੇਂ 16ਵੇਂ ਦਿਨ ਪਾਣੀ ਜਿਹੜਾ ਹਰ ਹਾਲਤ ਦੇ ਵਿੱਚ ਲਾ ਦਿੰਦੇ ਆ ਸਾਡੀ ਜਿਹੜੀ ਜ਼ਮੀਨ ਹੈ ਉਹ ਇਦਾਂ ਦੀ ਹੈ ਜੇਕਰ ਤੁਸੀਂ 1 ਫੁੱਟ ਪਾਣੀ ਵੀ ਇਹਦੇ ਵਿੱਚ ਖਿਲਾਰ ਦਿੰਦੇ ਉਹ ਤਾਂ ਸ਼ਾਮਾਂ ਪੈਣ ਤੱਕ ਤੁਹਾਨੂੰ ਸਿਰਫ 12 ਘੰਟਿਆਂ ਦੇ ਵਿੱਚ ਵਿੱਚ ਉਹ ਫੋਟੋ ਪਾਣੀ ਜਿਹੜਾ ਉਹਦੇ ਵਿੱਚੋਂ 1 ਇੰਚ ਵੀ ਪਾਣੀ ਦਿਖਾਈ ਨਹੀਂ ਦੇਊਗਾ ਇੰਨੀ ਜ਼ਿਆਦਾ ਜ਼ਮੀਨ ਜਿਹੜੀ ਸਾਡੀ ਉਹ ਪਾਣੀ ਪੀ ਜਾਂਦੀ ਏ ਸੋ ਇਹੋ ਜਿਹੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਆਪਾਂ ਬਿਲਕੁਲ ਨਿਡਰ ਹੋ ਕੇ ਕਣਕ ਨੂੰ ਛੇਤੀ ਪਾਣੀ ਲਾ ਸਕਦੇ ਆ ਪਰ ਜਿਹੜੀਆਂ ਜ਼ਮੀਨਾਂ ਪਾਣੀ ਨਹੀਂ ਪਿੰਦੀਆਂ ਜਿਹੜੀਆਂ ਨਮੀ ਨਹੀਂ ਛੱਡਦੀਆਂ ਜਿਹੜੀਆਂ ਸੱਲ ਵਾਲੀਆਂ ਜ਼ਮੀਨਾਂ ਨੇ ਜੇਕਰ ਉਹਨਾਂ ਜ਼ਮੀਨਾਂ ਦੇ ਵਿੱਚ ਵੀ ਤੁਸੀਂ 21 ਤੋਂ 30 ਦਿਨ ਵਾਲਾ ਜਿਹੜਾ ਫਾਰਮੂਲਾ ਉਹ ਵਰਤੋਗੇ ਉਹਦੇ ਨਾਲ ਕਣਕ ਆਪਣੀ ਪੀਲੀ ਹੋ ਜਾਣੀ ਆ ਤੇ ਜ਼ਿਕਰ ਕਰਨਗੇ ਇੱਕ ਵਾਰੀ ਪੀਲੀ ਹੋ ਗਈ ਉਹਦੇ ਤੋਂ ਬਾਅਦ ਵਿੱਚ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਉਹਨੂੰ ਜਿੰਨਾ ਮਰਜ਼ੀ ਉਹਦਾ ਰੰਗ ਕਾਲਾ ਕਰ ਦਈਏ ਪਰ ਝਾੜ ਦੇ ਵਿੱਚ ਜਾ ਕੇ ਉਹਦਾ ਝਾੜ ਜਿਹੜਾ ਆਪਾਂ ਨੂੰ ਨੁਕਸਾਨ ਉਹਦਾ ਵੇਖਣ ਨੂੰ ਮਿਲ ਹੀ ਜਾਣਾ ਹੈ ਜੇਕਰ ਤੁਸੀਂ ਕੋਈ ਸਪਰੇਅ ਉੱਤੇ ਕੀਤੀ ਹੈ ਆ ਵਕੀਰਾ ਵਰਗੀ ਮੋਮੀ ਜੀ ਵਰਗੀਆਂ ਜਾਂ ਹੋਰ ਕੋਈ ਵੀ ਸਪਰੇਅ ਕੀਤੀ ਹੈ ਕਣਕ ਬੀਜਣ ਤੋਂ ਤੁਰੰਤ ਬਾਅਦ ਫਿਰ ਤਾਂ ਤੁਹਾਨੂੰ 15 20 ਦਿਨਾਂ ਦੇ ਅੰਦਰ ਅੰਦਰ ਕਣਕ ਨੂੰ ਪਾਣੀ ਲਾਉਣਾ ਹੀ ਪਊਗਾ ਪਰ ਬਾਕੀ ਜਿਹੜੀਆਂ ਸੁਪਰ ਸੀਡਰ ਨੂੰ ਛੱਡ ਕੇ ਬਾਕੀ ਜੰਨੀਆਂ ਵੀ ਬਜਾਈ ਕੀਤੀਆਂ ਕਣਕਾਂ ਨੇ ਉਹਨਾਂ ਨੂੰ ਛੇਤੀ ਕੀਤੇ ਆ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ ਜਿੰਨਾ ਚਿਰ ਤੱਕ ਉਹ ਤੁਹਾਡੀਆਂ ਕਣਕਾਂ ਜਾਂ ਤੁਹਾਡੀ ਜ਼ਮੀਨ ਜਿਹੜੀ ਹੈ ਪਾਣੀ ਨਹੀਂ ਮੰਗਦੀ ਇਹਨਾਂ ਦੋਵਾਂ ਨੂੰ ਛਣ ਤੋਂ ਬਿਨਾ ਕਦੇ ਵੀ ਆਪਾਂ ਮੋਟਰ ਨਹੀਂ ਚਲਾਉਣੀ ਜੇਕਰ ਚਲਾਵਾਂਗੇ ਤੇ ਉਹਦੇ ਅਣਜਾਣ ਆਪਾਂ ਨੂੰ ਝਾੜ ਤੇ ਜਾ ਕੇ ਮਾੜੇ ਜਿਹੜੇ ਵੇਖਣ ਨੂੰ ਮਿਲਣਗੇ ਸੁਪਰ ਸੀਡਰ ਵਾਲੀ ਜਿਹੜੀ ਕਣਕ ਹੈ ਉਹਦੇ ਵਿੱਚ ਤੁਹਾਨੂੰ ਪਾਣੀ ਪਹਿਲਾਂ ਲਾਉਣਾ ਪੈਂਦਾ ਜੇਕਰ ਤੁਸੀਂ ਸਿਰਫ ਕੱਲੇ ਸੁਪਰ ਸੀਡਰ ਦੇ ਨਾਲ ਹੀ ਕਣਕ ਬੀਜੀਏ ਜੇ ਤਾਂ ਤੁਸੀਂ ਪਹਿਲਾਂ ਕੋਈ ਤਵੀਆਂ ਹੱਲਾ ਪਲਾਓ ਜਾਂ ਕੋਈ ਵੀ ਚੀਜ਼ ਵਾਹੀਏ ਜ਼ਮੀਨ ਨੂੰ ਡੂੰਘਾ ਵਾਇਆ ਏ ਥੋੜਾ ਬਹੁਤਾ ਦਾ ਫਿਰ ਤੁਹਾਨੂੰ ਕੋਈ ਪਾਣੀ ਜ਼ਿਆਦਾ ਜਿਹੜਾ ਪਹਿਲਾਂ ਲਾਉਣ ਦੀ ਲੋੜ ਨਹੀਂ ਗਈ ਪਰ ਜੇਕਰ ਕੱਲੇ ਸੁਪਰ ਸੀਡਰ ਦੇ ਨਾਲ ਕਣਕ ਦੀ ਬਜਾਈ ਕੀਤੀਏ ਤਾਂ ਕਿਉਂਕਿ ਸੁਪਰ ਸੀਡਰ 2-3 ਇੰਚ ਇੰਚ ਦਾਕੀ ਵਿੱਚ ਵਿੱਚ ਰਹਿੰਦਾ ਹੈ ਤੇ ਉਹ ਜਿਹੜੀ ਜ਼ਮੀਨ ਮਿੱਟੀਏ ਉਹਦੇ ਵਿੱਚ ਪਰਾਲੀ ਹੋਣ ਦੇ ਕਾਰਨ ਉਹ ਜਿਹੜੀ ਮਿੱਟੀਏ ਤੁਹਾਡੀ ਛੇਤੀ ਸੁੱਕ ਜਾਂਦੀ ਹੈ ਤਾਂ ਉਹਦੇ ਵਿੱਚ ਕਣਕ ਜਿਹੜੀ ਤੁਹਾਡੀ ੜਕਣਾ ਸ਼ੁਰੂ ਕਰ ਦਿੰਦੀ ਹੈ ੜਕਣ ਦਾ ਭਾਵ ਆਮ ਜਿਹੜੇ ਪੁਰਾਣੇ ਜ਼ਿਮੀਦਾਰ ਨੇ ਉਹ ਜਾਣਦੇ ਹੋਣਗੇ ਜਿਹੜੇ ਬਜ਼ੁਰਗ ਨੇ ਕਿ ਕਣਕ ਦਾ ੜਕਣਾ ਕੀ ਹੁੰਦਾ ਹੈ ਨਾਲ ਦੀ ਨਾਲ ਕਣਕ ਡਿੱਗਣ ਤੱਕ ਵੀ ਪਹਿਲੇ ਪਾਣੀ ਦਾ ਜਿਹੜਾ ਪ੍ਰਭਾਵ ਹੈ ਤੁਸੀਂ ਇਹ ਗੱਲ ਮੰਨੋਗੇ ਕਿ ਕਣਕ ਜਿਹੜੀ ਤੁਹਾਡੇ ਪਹਿਲੇ ਪਾਣੀ ਦੇ ਨਾਲ ਡਿੱਗਣ ਦੇ ਚਾਂਸ ਆਪਾਂ ਵਧਾ ਲੈਨੇ ਆ ਗਲਤ ਤਰੀਕੇ ਦੇ ਨਾਲ ਪਾਣੀ ਲਾ ਕੇ ਜੇਕਰ ਸਿੱਲੀ ਜ਼ਮੀਨ ਦੇ ਵਿੱਚ ਗਿੱਲੀ ਜ਼ਮੀਨ ਦੇ ਵਿੱਚ ਤੁਸੀਂ ਛੇਤੀ ਕਣਕ ਨੂੰ ਪਾਣੀ ਲਾ ਦਿੰਦੇ ਹੋ ਉਹਦੀਆਂ ਜੜਾਂ ਜ਼ਿਆਦਾ ਦੀਆਂ ਡੂੰਘੀਆਂ ਨਹੀਂ ਜਾਂਦੀਆਂ ਉਹ ਜਿਹੜੀ ਤੁਹਾਡੀ ਕਣਕ ਹੈ ਐਂਡ ਤੇ ਜਾ ਕੇ ਜ਼ਿਆਦਾ ਡਿੱਗੂਗੀ ਜੇਕਰ ਤੁਸੀਂ ਕਣਕ ਨੂੰ ਪੂਰਾ ਡਿਵੈਲਪ ਹੋਣ ਦੇ ਬਾਅਦ ਦੇ ਵਿੱਚ ਜਦੋਂ ਉਹ ਕਣਕ ਤੁਹਾਡੀ ਪਾਣੀ ਮੰਗਦੀ ਏ ਉਦੋਂ ਉਹਨੂੰ ਪਾਣੀ ਲਾਉਂਦੇ ਹੋ ਤਾਂ ਉਹ ਜਿਹੜੀ ਤੁਹਾਡੀ ਕਣਕ ਹੈ ਉਹ ਬਹੁਤ ਘੱਟ ਡਿੱਗਣ ਦੇ ਜਿਹੜੇ ਉਹਦੇ ਚਾਂਸ ਨੇ ਉਹ ਹੁੰਦੇ ਨੇ ਸੋ ਇਹ ਜੜੀਆਂ ਕੁਝ ਮੇਨ ਮੇਨ ਚੀਜ਼ਾਂ ਨੇ ਜੇਕਰ ਤੁਹਾਡੀ ਜ਼ਮੀਨ ਗਿੱਲੀ ਏ 2-3 ਇੰਚ ਤਾਂ ਬਿਲਕੁਲ ਪਾਣੀ ਕਣਕ ਨੂੰ ਨਾ ਲਾਓ ਜੇਕਰ ਸੁਪਰ ਸੀਡਰ ਦੇ ਨਾਲ ਬੀਜੀਏ ਜਾਂ ਸਪਰੇਅ ਕੀਤੀਏ ਤੁਸੀਂ ਉੱਤੇ ਕੋਈ ਤਾਂ ਉਹਦੇ ਵਿੱਚ ਤੁਹਾਨੂੰ ਪਾਣੀ ਜਿਹੜਾ ਪਹਿਲਾਂ ਲਾਉਣਾ ਪਊਗਾ ਜੇਕਰ ਤੁਸੀਂ ਜ਼ਿਆਦਾ ਲੇਟ ਪਾਣੀ ਖੜਦਿਓ ਤੇ ਉਹਦੇ ਵਿੱਚ ਤੱਤਾਂ ਨੂੰ ਅਬਜ਼ੌਰਬ ਕਰਨ ਦੀ ਕਣਕ ਦੀ ਜਿਹੜੀ ਸ਼ਬਨਤਾ ਹੈ ਉਹ ਘਟ ਜਾਂਦੀ ਏ ਤੇ ਜੇਕਰ ਜ਼ਿਆਦਾ ਸਿਲ ਹੋਣ ਦੇ ਬਾਵਜੂਦ ਵੀ ਆਪਾਂ ਸਿਰਫ ਇੱਕੋ ਚੀਜ਼ ਦੇ ਉੱਤੇ ਹੀ ਧਿਆਨ ਰੱਖਾਂਗੇ ਕਿ ਆਪਾਂ 21 ਤੋਂ 5 ਦਿਨ ਦੇ ਵਿੱਚ ਵਿੱਚ ਜਾਂ 30 ਦਿਨ ਦੇ ਵਿੱਚ ਵਿੱਚ ਹੀ ਪਾਣੀ ਲਾਉਣਾ ਹੈ ਤਾਂ ਉਹਦੇ ਨਾਲ ਕਣਕ ਪੀਲੀ ਹੋ ਸਕਦੀ ਏ ਹੋ ਸਕਦਾ ਹੈ ਤੁਹਾਡੇ ਇਲਾਕੇ ਦੇ ਵਿੱਚ 15 ਦਿਨਾਂ ਤੇ ਹੀ ਕਣਕ ਜਿਹੜੀ ਤੁਹਾਡੀ ਉਹ ਪਾਣੀ ਮੰਗਣ ਲੱਗ ਜਾਵੇ ਸੋ ਤੁਸੀਂ ਆਪਣੀ ਜ਼ਮੀਨ ਨੂੰ ਪੁੱਛਣਾ ਹੈ ਤੁਸੀਂ ਆਪਣੀ ਕਣਕ ਨੂੰ ਪੁੱਛਣਾ ਹੈ ਤੁਹਾਡੇ ਨਾਲੋਂ ਵੱਡਾ ਕੋਈ ਹੋਰ ਡਾਕਟਰ ਨਹੀਂਗਾ ਤੁਸੀਂ ਐਵੇਂ ਕਿਸੇ ਕਿਤਾਬ ਨੂੰ ਪੜ੍ਹ ਕੇ ਜਾਂ ਕਿਸੇ ਦੇ ਮਗਰ ਲੱਗ ਕੇ ਆਪਾਂ ਨੂੰ ਛੇਤੀ ਕਣਕ ਨੂੰ ਪਾਣੀ ਜਾਂ ਲੇਟ ਕਣਕ ਨੂੰ ਪਾਣੀ ਲਾਉਣ ਦੀ ਬਿਲਕੁਲ ਲੋੜ ਨਹੀਂ ਗਈ ਤੁਸੀਂ ਆਪਣੇ ਸਾਥ ਦੇ ਨਾਲ ਜਿਹੜੀਆਂ-ਜੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਉਹਨਾਂ ਦੇ ਉੱਤੇ ਆਪਾਂ ਧਿਆਨ ਦੇਣਾ ਹੈ ਵੀਡੀਓ ਨੂੰ ਦੇਖਣ ਤੋਂ ਬਾਅਦ ਵਿੱਚ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਹੈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ